ਤੁਸੀਂ ਦੇਖ ਰਹੇ ਹੋ ਡੈਰੀ ਸਾਰ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਲੁਧਿਆਣਾ ਮੈਨੇਜਮੈਂਟ ਐਸ਼ੀਨਰਾ ਅੱਜ 45ਵੀਂ ਰੀਯੂਨੀ ਐਨੀਵਰਸਰੀ ਜਿਹੜਾ ਅਵਾਰਡ ਸੈਰੇਮਨੀ ਸੀ, ਜਿਹਦੇ ਵਿੱਚ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਗਵਰਨਰ ਮਹਾਮਹਿਮ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ ਮੁੱਖ ਮਹਿਮਾਨ ਵਜੋਂ ਅੱਜ ਇੱਥੇ ਲੁਧਿਆਣਾ ਪਹੁੰਚੇ ਸੀ। ਔਰ ਅੱਜ ਜਿਹੜਾ ਅਵਾਰਡ ਸੈਰੇਮਨੀ ਵਿੱਚ ਲੁਧਿਆਣਾ ਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਲੁਧਿਆਣਾ ਦੇ ਨਾਲ ਨਾਲ ਪੰਜਾਬ ਦੇ ਨਾਲ ਦੇਸ਼ ਦਾ ਨਾਮ ਰੋਸ਼ਨ ਕੀਤਾ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਆਪਣਾ ਯੋਗਦਾਨ ਪਾਇਆ ਤੋ ਇਸ ਤਰ੍ਹਾਂ ਹੀ ਮੇਰਾ ਲੁਧਿਆਣਾ ਸ਼ਹਿਰ ਦੀ ਵਰਧਮਾਨ ਇੰਡਸਟਰੀ ਦਾ ਇੱਕ ਮੇਰਾ ਹੋਰ ਜਿਹੜੇ ਇੰਡਸਟਰੀ ਸਟੇ ਜਿਹੜੇ ਮੇਰੇ ਨਾਲ ਜੁੜੇ ਆ, ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ, DK ਸਿਧਵਾਨੀ ਜੀ ਮੈਂ ਮੌਜੂਦ ਹਾਂ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਡੈਨੀ ਸਿੰਘ ਟੀਵੀ ਦੇ ਵਿੱਚ। ਧੰਨਵਾਦ, ਬਹੁਤ ਬਹੁਤ ਧੰਨਵਾਦ। ਮੁਬਾਰਕਾਂ ਵੀ ਤੁਹਾਨੂੰ ਇੱਕ ਮਹਾਮਹਿਮ ਵੱਲੋਂ ਅੱਜ ਲੁਧਿਆਣਾ ਨਹੀਂ ਪੰਜਾਬ ਦੇ ਨਾਮ ਰੋਸ਼ਨ ਕਰਨ ਵਾਸਤੇ ਤੁਹਾਨੂੰ ਇੱਕ ਖਿਤਾਬ ਮਿਲਿਆ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਇਹ ਕਿਹੜਾ ਕਿਸ ਤਰ੍ਹਾਂ ਖਿਤਾਬ ਮਿਲਿਆ, ਕਿਸ ਚੀਜ਼ ਦਾ ਸੀ? ਇਹ ਮੈਂ ਬੇਸਿਕਲੀ 1983 ਦੇ ਵਿੱਚ ਚਾਰਟਰਡ ਅਕਾਊਂਟੈਂਸੀ ਕੀਤੀ, ਉਸ ਤੋਂ ਬਾਅਦ ਪਹਿਲਾਂ ਹੀਰੋ ਸਾਈਕਲ, ਫਿਰ 1990 ਦੇ ਵਿੱਚ ਮੈਂ ਵਰਧਮਾਨ ਗਰੁੱਪ ਦੇ ਵਿੱਚ ਜੁਆਇਨ ਕੀਤਾ ਐਜ਼ ਫਾਈਨੈਂਸ਼ੀਅਲ ਕੰਟਰੋਲਰ। ਇਸ ਵੇਲੇ ਮੈਂ ਡਾਇਰੈਕਟਰ ਕਾਰਪੋਰੇਟ ਸਰਵਿਸਿਜ਼ ਦੀ ਪੋਜੀਸ਼ਨ 'ਤੇ ਹਾਂ। ਸੋ ਬੜਾ ਲੰਬਾ 40 ਸਾਲ ਦਾ ਅਰਸਾ ਹੈ ਜਿਹੜਾ ਮੈਂ ਕਾਰਪੋਰੇਟ ਲਾਈਫ ਦੇ ਵਿੱਚ ਬਿਤਾਇਆ। ਸੋ ਜਿਹੜੇ ਵੀ ਮੈਂ ਯੋਗਦਾਨ ਦਿੱਤਾ ਇਹਨਾਂ 40 ਸਾਲਾਂ ਦੇ ਵਿੱਚ, ਉਹਨੂੰ ਰਿਕੋਗਨਾਈਜ਼ ਕਰਦੇ ਹੋਏ ਅੱਜ ਮੈਨੂੰ ਗਵਰਨਰ ਸਾਹਿਬ ਨੇ ਇਹ ਅਵਾਰਡ ਦਿੱਤਾ ਹੈ, ਮੈਨੇਜਰ ਆਫ ਦਾ ਈਅਰ। ਸੋ ਮੇਰਾ ਇਹ ਮੰਨਣਾ ਹੈ ਕਿ ਸਾਡੇ ਵਰਗੇ ਜਿਹੜੇ ਵੀ ਪ੍ਰੋਫੈਸ਼ਨਲ ਹਨ, ਉਹ ਅਗਰ ਇੰਡਸਟਰੀ, ਅਗਰ ਆਪਾਂ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਜਿੰਨੇ ਬਿਜ਼ਨਸਿਸ ਹੈ ਉਹਨਾਂ ਨੂੰ ਜਿਹੜਾ ਅੱਛੇ ਤਰੀਕੇ ਨਾਲ ਮੈਨੇਜ ਕਰਨਾ ਜ਼ਰੂਰੀ ਹੈ। ਔਰ ਮੈਂ ਸਮਝਦਾ ਕਿ ਅਗਰ ਜੋ ਐਂਟਰਪ੍ਰੀਨਿਓਰ ਹੈ ਉਹਦੀ ਅਗਰ ਵਿਜ਼ਨ ਬੜੀ ਬਰੋਡ ਹੈ, ਉੱਚੀ ਹੈ, ਤਾਂ ਕੋਈ ਕਾਰਨ ਨਹੀਂ ਹੈ ਕਿ ਉਹ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਔਰ ਸਾਡੇ ਵਰਗੇ ਜਿਹੜੇ ਮੈਨੇਜਰ ਹਨ ਉਹਨਾਂ ਦਾ ਇੱਕ ਬਹੁਤ ਵੱਡਾ ਇਸ ਦੇ ਵਿੱਚ ਰੋਲ ਹੈ। ਸੋ ਮੈਂ ਇਹ ਦੇਖਿਆ ਹੈ ਕਿ ਅਗਰ ਇੱਕ ਮੈਨੇਜਰ ਜਦ ਵੀ ਇੰਡਸਟਰੀ ਦੇ ਵਿੱਚ ਕੰਮ ਕਰੇ ਤਾਂ ਇੱਕ ਓਨਰ ਦੀ ਤਰ੍ਹਾਂ ਕੰਮ ਕਰੇ, ਚਾਹੇ ਉਹਦੇ ਕੋਲ ਸ਼ੇਅਰ ਉਸ ਕੰਪਨੀ ਦੇ ਹੋਣ ਜਾਂ ਨਾ ਹੋਣ, ਚਾਹੇ ਉਹਦੇ ਨਾਂ ਦੇ ਉੱਤੇ ਕੋਈ ਉਹ ਪ੍ਰਮੋਟਰ ਫੈਮਿਲੀ ਤੋਂ ਬਿਲੋਂਗ ਕਰਦਾ ਹੋਏ ਜਾਂ ਨਾ ਕਰਦਾ ਹੋਏ, ਲੇਕਿਨ ਅਗਰ ਇੱਕ ਓਨਰ ਦੀ ਤਰ੍ਹਾਂ ਕੰਮ ਕਰਦਾ ਹੈ ਇੱਕ ਮੈਨੇਜਰ, ਤਾਂ ਜਿੰਨੇ ਵੀ ਉਹਦੇ ਫੰਡਸ ਖਰਚਦੇ ਹੈ ਕੰਪਨੀ ਦੇ, ਤਾਂ ਮੈਨੇਜਰ ਨੂੰ ਇਹ ਲੱਗਣਾ ਚਾਹੀਦਾ ਕਿ ਉਹ ਮੇਰੀ ਜੇਬ 'ਚੋਂ ਜਾ ਰਹੇ ਹਨ, ਅਤੇ ਫਿਰ ਕਦੇ ਵੀ ਕੋਈ ਗਲਤ ਜਿਹੜਾ ਹੈ ਡਿਸੀਜਨ ਨਹੀਂ ਹੁੰਦਾ। ਇਸ ਤਰ੍ਹਾਂ ਹੀ ਮੈਂ ਸਮਝਦਾ ਕਿ ਜਿਹੜੀ ਕੁਆਲੀਫਿਕੇਸ਼ਨ ਹੈ ਕਿਸੇ ਦੀ ਵੀ, ਉਹ ਕਦੇ ਵੀ ਰਸਤੇ 'ਚ ਨਹੀਂ ਆਉਂਦੀ ਅੱਛਾ ਕੰਮ ਕਰਨ ਦੇ ਵਿੱਚ। ਜਿਸ ਤਰ੍ਹਾਂ ਮੈਂ ਹਾਂ ਤਾਂ ਚਾਰਟਰਡ ਅਕਾਊਂਟੈਂਟ ਕਹਿਣ ਨੂੰ, ਤਾਂ ਫਾਈਨਾਂਸ ਕਾਮਰਸ ਮੇਰੀ ਬੈਕਗਰਾਊਂਡ ਹੈ, ਲੇਕਿਨ ਮੈਂ ਇਨਫੋਰਮੇਸ਼ਨ ਟੈਕਨੋਲੋਜੀ, ਇਨਵਾਇਰਮੈਂਟ, ਰਿਨਿਊਬਲ ਐਨਰਜੀ ਔਰ ਜਿੰਨੀਆਂ ਯੂਟੀਲਿਟੀਜ਼ ਹਨ, ਚਾਹੇ ਬੋਇਲਰ ਹੈ, ਕੰਪਰੈਸ਼ਰ ਹੈ, ਟਰਾਂਸਫਾਰਮਰ ਹੈ, ਸੋ ਉਹਨਾਂ ਨੂੰ ਬੜਾ ਅਜੀਬ ਲੱਗਦਾ ਹੈ ਕਿ ਚਾਰਟਰਡ ਅਕਾਊਂਟੈਂਟ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਂਡਲ ਕਰ ਰਿਹਾ ਹੈ। ਬਟ ਮੈਂ ਸਮਝਦਾ ਕਿ ਇਹ ਜਿਹੜੀ ਦੀਵਾਰ ਅਸੀਂ ਮਨ ਦੇ ਅੰਦਰ ਆਪ ਹੀ ਬਣਾਈ ਹੁੰਦੀ ਹੈ, ਐਕਚੁਅਲੀ ਅਗਰ ਕੰਮ ਕਰਨਾ ਚਾਹੀਏ ਤਾਂ ਕੋਈ ਵੀ ਜਿਹੜਾ ਏਰੀਆ ਹੈ, ਡੋਮੇਨ ਹੈ,
ਉਹਦੇ 'ਚ ਕੰਮ ਕਰਨ ਦੇ ਵਿੱਚ ਕੋਈ ਮੈਨੂੰ ਲੱਗਦਾ ਕੋਈ ਰੁਕਾਵਟ ਨਹੀਂ ਹੈ। ਇੱਕ ਬਹੁਤ ਵੱਡਾ ਤੁਸੀਂ 40 ਸਾਲ ਦਾ ਆਪਾਂ ਐਕਸਪੀਰੀਅੰਸ ਦੱਸਿਆ ਵੀ 40 ਸਾਲ ਇੰਡਸਟਰੀ ਨੇ ਆਪਣਾ ਤੁਸੀਂ ਯੋਗਦਾਨ ਦਿੱਤਾ, ਕਿਸ ਤਰ੍ਹਾਂ ਅੱਜ ਮਹਾਮਹਿਮ ਗੋਵਰਨਰ ਜੀ ਨੇ ਇੱਕ ਲੁਧਿਆਣਾ ਦੇ ਵੀ ਤੁਹਾਡੇ ਸਾਹਮਣੇ ਇੱਕ ਇਸ ਸਮਾਗਮ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਇੰਡਸਟਰੀਆਂ ਨੂੰ, ਜਿਹੜੀ ਯੂਥ ਵਿਦੇਸ਼ਾਂ ਨੂੰ ਜਾ ਰਹੀ ਹੈ, ਰੁੱਖ ਅਪਣਾ ਰਹੀ ਹੈ, ਇਸ ਦੇ ਨਾਲ ਹੀ ਲੁਧਿਆਣਾ ਦੇ ਪੋਲਿਊਸ਼ਨ ਦੀ ਗੱਲ ਕੀਤੀ, ਸਿਰਫ ਇੰਡਸਟਰੀ ਦੇ ਲੋਕ ਹੀ ਇਸ ਦੇ ਉੱਪਰ ਕਾਬੂ ਪਾ ਸਕਦੇ, ਕਿਸ ਤਰ੍ਹਾਂ ਦੇਖਦੇ ਉਹਨਾਂ ਨੇ, ਬੜਾ ਇੱਕ ਮੋਟੀਵੇਸ਼ਨ ਸਪੀਚ ਵੀ ਸੀ ਉਹਨਾਂ ਦੀ। ਬਿਲਕੁਲ ਠੀਕ ਕਿਹਾ ਗਵਰਨਰ ਸਾਹਿਬ ਨੇ ਕਿ ਜਿਹੜਾ ਇੱਕ ਕਰੇਜ਼ ਹੈ ਲੋਕਾਂ ਦੇ ਵਿੱਚ ਬਾਹਰ ਜਾਣ ਦਾ, ਮੈਂ ਤਾਂ ਇਹ ਸਮਝਦਾ ਹਾਂ ਕਿ ਅਗਰ ਇੱਥੇ ਹੀ ਰਹਿ ਕੇ ਪੰਜਾਬ ਦੇ ਵਿੱਚ ਹੀ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਤਾਂ ਉੱਥੇ ਵੀ ਕੋਈ ਕਮੀ ਨਹੀਂ ਹੈ ਸਾਧਨਾਂ ਦੀ, ਬਲਕਿ ਮੈਂ ਦੇਖਦਾ ਸਾਡੇ ਜਿਹੜੇ ਯੂਥ ਹਨ ਉਹ ਉੱਥੇ ਬਾਹਰ ਜਾ ਕੇ ਬੜੇ ਛੋਟੇ ਛੋਟੇ ਕੰਮ ਕਰਨੇ ਪੈਂਦੇ ਹੈ, ਬੜੇ ਮਿਹਨਤ ਵਾਲੇ ਕੰਮ ਕਰਨੇ ਪੈਂਦੇ ਹੈ, ਉਸ ਤੋਂ ਵੀ ਉਹੀ ਮਿਹਨਤ ਅਗਰ ਇੱਥੇ ਕੀਤੀ ਜਾਵੇ ਆਪਣੇ ਪ੍ਰਾਂਤ ਦੇ ਵਿੱਚ ਆਪਣੇ ਲੋਕੇਸ਼ਨ ਦੇ ਵਿੱਚ ਤਾਂ ਮੈਂ ਸਮਝਦਾ ਉਸ ਤੋਂ ਵੀ ਕਿਤੇ ਗੁਣਾ ਵੱਡਾ, ਉੱਥੇ ਜਾ ਕੇ ਤਾਂ ਫਿਰ ਉਹ ਨੌਕਰੀਆਂ ਕਰਨਗੇ ਅਤੇ ਇੱਥੇ ਬਿਜ਼ਨਸ ਦਾ ਇੰਨਾ ਜ਼ਿਆਦਾ ਪੋਟੈਂਸ਼ੀਅਲ, ਇੰਨਾ ਗਰੋਥ ਹੈ, ਸਾਡਾ ਦੇਸ਼ ਹੁਣ ਚਮਕ ਰਿਹਾ ਹੈ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਦੇਸ਼ ਨੇ ਕਿੰਨੀ ਤਰੱਕੀ ਕਰਨੀ ਹੈ, ਮੈਂ ਸਮਝਦਾ ਜਿੰਨਾ ਸਕੋਪ ਸਾਡੇ ਆਪਣੇ ਦੇਸ਼ ਦੇ ਵਿੱਚ ਹੈ ਬਾਹਰ ਸ਼ਾਇਦ ਨਹੀਂ ਹੈ। ਦੂਸਰੇ ਦੇਸ਼ ਅੱਜ ਥੱਲੇ ਜਾ ਰਹੇ ਹਨ, ਜਿਹੜਾ ਪੰਜਾਬ ਹੈ ਜਾਂ ਭਾਰਤ ਹੈ ਇਹ ਉੱਪਰ ਜਾ ਰਿਹਾ ਹੈ, ਤਾਂ ਮੈਂ ਸਮਝਦਾ ਇੰਨੀ ਜ਼ਿਆਦਾ ਓਪਰਚੁਨਿਟੀ ਇੱਥੇ ਹੈ ਅਤੇ ਬਾਹਰ ਦੇਖਣ ਦੀ ਕੋਈ ਜ਼ਰੂਰਤ ਨਹੀਂ ਹੈ। ਸੋ ਇਹ ਸਨ DK ਸਿੰਧਵਾਨੀ ਜੀ, ਟੈਕ ਵਰਧਮਾਨ ਟੈਕਸਟਾਈਲ ਦੇ ਇੰਡਸਟਰੀ ਤੋਂ ਉਹਨਾਂ ਦੱਸਦੀ ਕਿ ਅੱਜ ਪੰਜਾਬ ਦੇ ਮਹਾਮਹਿਮ ਗਵਰਨਰ ਸ਼੍ਰੀ ਬਨਵਾਰੀਲਾਲ ਪੁਰੋਹਿਤ ਦੁਆਰਾ ਅੱਜ ਲੁਧਿਆਣਾ ਵਿਖੇ ਜਿਹੜੀ ਲੁਧਿਆਣਾ ਮੈਨੇਜਮੈਂਟ ਐਸ਼ ਯਾਨੀ ਕਿ LMA ਜਿਹੜਾ ਅੱਜ 45ਵੀਂ ਅਵਾਰਡ ਸੈਰਾਮਨੀ ਸੀ, ਉਸ ਵਿੱਚ ਆ ਕੇ ਲੁਧਿਆਣਾ ਦੇ ਉਹਨਾਂ ਉਦਯੋਗਪਤੀਆਂ ਜਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਲੁਧਿਆਣਾ ਲਈ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਤਾਂ ਉਹ 'ਚ ਆਪਣਾ ਇੱਕ ਯੋਗਦਾਨ ਦਿੱਤਾ, ਤਾਂ ਉਹਨਾਂ ਨੂੰ ਅੱਜ ਉਹਨਾਂ ਨੂੰ ਸਨਮਾਨ ਕੀਤਾ ਗਿਆ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ ਲੁਧਿਆਣਾ ਦੇ ਦੇਸ਼ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ। ਕੈਮਰਾਮੈਨ ਬੌਬੀ ਨਾਲ ਸੰਦੀਪ ਸ਼ਰਮਾ, ਡੈਨੀਸਾ TV, ਲੁਧਿਆਣਾ।